ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪਵਨੀਤ ਸੈਣੀ, ਹੋਪ ਸਭ ਵਧੀਆ ਹੋ ਗਏ. ਵੈਲਕਮ ਤੁਹਾਡਾ ਇੱਕ ਵਾਰ ਫਿਰ ਤੋਂ ਮੇਰੇ ਯੂਟਿਊਬ ਚੈਨਲ ਦੇ ਉੱਤੇ. ਅਤੇ ਅੱਜ ਅਸੀਂ ਆਏ ਹੋਏ ਟਾਂਡਾ ਉਰਮੂਰ, ਮੇਰੇ ਸ਼ਹਿਰ ਜਿੱਥੇ ਮੈਂ ਰਹਿੰਦੀ ਹਾਂ. ਇੱਥੇ ਅੱਜ ਚੱਕਾ ਜਾਮ ਕੀਤਾ ਗਿਆ ਆ ਕਿਸਾਨਾਂ ਦੀ ਸਪੋਰਟ ਵਾਸਤੇ, ਅਤੇ ਕਿਸਾਨਾਂ ਦੇ ਧੀਆਂ ਪੁੱਤਾਂ ਵੱਲੋਂ ਅਤੇ ਕਿਸਾਨਾਂ ਵੱਲੋਂ. ਅਤੇ ਅੱਜ ਹਰ ਇੱਕ ਸਿਟੀ ਦੇ ਵਿੱਚ, ਹਰ ਇੱਕ ਸ਼ਹਿਰ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਆ. ਅਤੇ ਮੈਂ ਤੁਹਾਨੂੰ ਇੱਥੇ ਦਿਖਾਊਂਗੀ ਵੀ ਕੀ ਇੱਥੇ ਦਾ ਹਿਸਾਬ ਹੈਗਾ ਆ. ਅਤੇ ਪੁੱਛਦੇ ਹਾਂ ਆਪਣੇ ਵੀਰਾਂ ਭੈਣਾਂ ਨੂੰ ਕਿ ਉਹਨਾਂ ਦੀ ਕੀ ਰਾਏ ਹੈਗੀ ਆ, ਕਿ ਉਹ ਕੀ ਸੋਚਦੇ ਆ, ਕਿੰਨੀ ਦੇਰ ਤੋਂ ਇੱਥੇ ਆਏ ਆ. ਦੋ ਤਿੰਨ ਮੇਰੇ ਕੋਲ ਇੱਥੇ ਬਾਪੂ ਜੀ ਵੀ ਇੱਧਰਲੀ ਸਾਈਡ ਵੀ ਬੈਠੇ, ਇਹਨਾਂ ਤੋਂ ਪੁੱਛੇ. ਸਤਿ ਸ਼੍ਰੀ ਅਕਾਲ ਬਾਪੂ ਜੀ, ਕਿੱਥੋਂ ਆਏ ਆ ਤੁਸੀਂ? ਠੀਕ ਆ. ਇਹ ਸਾਨੂੰ ਉਮੀਦ ਸੀ ਕਿ 26 ਜਨਵਰੀ ਨੂੰ ਜਿਹੜਾ ਮੋਰਚਾ ਫਤਿਹ ਹੋ ਜਾਵੇ, ਪਰ ਕੀ ਹੋ ਗਿਆ, ਹੁਣ 6 ਫਰਵਰੀ ਆ ਗਈ ਆ ਤੇ ਫਿਰ ਵੀ ਕੋਈ ਹੱਲ ਨਹੀਂ ਹੋਇਆ. ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੀ ਇੱਦਾਂ ਦੀ ਗੰਦੀ ਸਰਕਾਰ ਨੂੰ? ਕੀ ਮੈਸੇਜ ਦੇਣਾ ਚਾਹੁੰਦੇ? ਜੇ ਕੋਈ ਨਵਾਂ ਸੰਘਰਸ਼ ਨਹੀਂ, ਅੱਗੇ ਵੀ ਚੱਲਦੇ ਆਏ ਆ. ਫਤਿਹ ਹੋਣਾ, ਜਿੱਤ ਹੋਣੀ ਹੈ ਕਿਸਾਨਾਂ ਦੀ. ਊੜ ਲੁੱਕ ਤੇ ਨਾਮ ਤਾਂ ਊੜਕ ਸੱਚ ਰਹੀ, ਊੜਕ ਸੱਚ ਨੇ ਸਾਹਮਣੇ ਆਉਣਾ, ਪਰ ਸਮਾਂ ਲੱਗਦਾ. ਸਮਾਂ ਲੱਗ ਕੇ ਹੀ ਜਿੱਤ ਹੁੰਦੀ ਹੁੰਦੀ ਆ. ਇੱਥੇ ਤਾਂ ਜਿਹੜੇ ਅੰਗਰੇਜ਼ ਆਏ ਸੀ ਬੜੇ, ਆਪਣੇ 250 ਸਾਲ ਜਿਹਨੇ ਰਾਜ ਕੀਤਾ ਸੀ, ਉਹਨਾਂ ਦਾ ਰਾਜ ਨਹੀਂ ਚੱਲਿਆ, ਉਹਨਾਂ ਦਾ ਹੰਕਾਰ ਨਹੀਂ ਚੱਲਿਆ. ਤਾਂ ਇਹ ਮੋਦੀ ਕਿਹਨਾਂ ਵਿੱਚੋਂ ਨਹੀਂ? ਅਸੀਂ ਇਸ ਕਰਕੇ ਇਹਨਾਂ ਨੂੰ ਬੇਨਤੀ ਕਰਦੇ ਹਾਂ, ਇਹਦੇ ਤੱਕ ਵੀ ਖੁੱਲਿਆ, ਮੇਰਾ ਦਾ ਕੁਛ ਨਹੀਂ ਵਿਗੜਿਆ. ਅਜੇ ਤੱਕ ਵੀ ਕਿਸਾਨਾਂ ਦੇ ਕਹਿਣੇ ਲੱਗਦਾ ਮਰਨਾ, ਇਹ ਕਾਲੇ ਕਾਨੂੰਨ ਜਿਹੜੇ ਆ ਵਾਪਸ ਲਓ, ਇਹ ਬਹੁਤ ਘਾਤਕ ਨੇ. ਇਹ ਕੱਲੇ ਕਿਸਾਨਾਂ ਵਾਸਤੇ ਨਹੀਂ, ਇਹ ਹਰ ਇੱਕ ਵਾਸਤੇ ਬਹੁਤ ਮਾੜੇ ਕਾਨੂੰਨ. ਕਿਉਂਕਿ ਬਾਹਰੋਂ ਵੀ ਬਹੁਤ ਜਿਹੜੇ ਬਾਹਰਲੇ ਵੱਡੇ ਸਟਾਰ ਆ, ਉਹ ਵੀ ਬਹੁਤ ਸਪੋਰਟ ਕਰਦੇ ਪਏ ਸਾਨੂੰ. ਬਸ ਇੱਕ ਸਾਡੀ ਸਰਕਾਰ ਆ, ਤੇ ਜਾਂ ਜਿਹੜਾ ਗੋਦੀ ਮੀਡੀਆ ਜਿਹਨੂੰ ਕਿਹਾ ਜਾ ਰਿਹਾ, ਜਿਹੜੇ ਫੇਕ ਨਿਊਜ਼, ਗਲਤ ਨਿਊਜ਼ ਦਿੰਦੇ ਆ ਕਿ ਇਹ ਕਿਸਾਨ ਤਾਂ ਕਹਿੰਦੇ ਪਿਕਨਿਕ ਮਨਾਉਣ ਆਏ, ਕਦੇ ਕੁਛ ਕਹੀ ਜਾਂਦੇ ਆ. ਇੱਥੇ ਦੇਖ ਕੇ ਸਾਨੂੰ ਤਾਂ ਲੱਗਦਾ ਨੀ ਵੀ ਅਸੀਂ ਪਿਕਨਿਕ ਮਨਾਉਣ ਆਏ, ਹਨਾ? ਤੇ ਇਹਨਾਂ ਨੂੰ ਸਮਝਣਾ ਚਾਹੀਦਾ ਨਾ. ਬਿਲਕੁਲ, ਨਾਰਾ ਲਗਾ ਦੇ ਮੋਦੀ ਸਰਕਾਰ, ਮੋਦੀ ਸਰਕਾਰ, ਮੋਦੀ ਸਰਕਾਰ, ਜੀਤ ਭਾਜੀ ਹੁਣੀ, ਬਿੱਟੂ ਭਾਜੀ ਇਟਲੀ ਵਾਲੇ, ਮੰਨੇ ਭਾਜੀ ਹੁਣੀ ਤੇ ਸਰਦਾਰ ਅਵਤਾਰ ਸਿੰਘ ਜੀ ਕੰਧਾਲਾ ਜੱਟਾਂ ਵਾਲੇ ਪੁੱਜੇ, ਮੈਂ ਦਿਲੋਂ ਧੰਨਵਾਦ. ਸਾਡੇ ਬਾਪੂ ਜੀ ਨੇ ਸੇਵਾ ਲਾਈ ਹੋਈ ਆ, ਲੰਗਰ ਦੀ, ਚਾਹ ਦੀ ਤੇ ਬਿਸਕੁਟਾਂ ਦੀ. ਸਤਿ ਸ਼੍ਰੀ ਅਕਾਲ ਬਾਪੂ ਜੀ. ਬਾਪੂ ਜੀ ਤੁਸੀਂ ਲੋਕਲ ਹੀ ਹੋ ਇੱਥੇ? ਲੋਕਲ, ਓਕੇ. ਸਾਨੂੰ ਉਮੀਦਾਂ ਸੀਗੀਆਂ ਕਿ 26 ਜਨਵਰੀ ਨੂੰ ਸ਼ਾਇਦ ਸਾਡਾ ਕੋਈ ਹੱਲ ਹੋ ਜਾਵੇ, ਮੋਰਚਾ ਫਤਿਹ ਹੋ ਜਾਵੇ ਸ਼ਾਇਦ, ਪਰ ਕੀ ਹੋਇਆ ਕਿ ਹੁਣ 6 ਫਰਵਰੀ ਹੋ ਗਈ ਆ, ਤਾਂ ਵੀ ਇੱਥੇ ਫਿਰ ਵੀ ਅਸੀਂ ਹੁਣ ਇੱਥੇ ਚੱਕਾ ਜਾਮ ਕਰਕੇ ਬੈਠੇ. ਤੁਸੀਂ ਕੀ ਆਪਣੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸਰਕਾਰ ਨੂੰ ਦੇਖੋ, ਸੰਯੁਕਤ ਮੋਰਚੇ ਵੱਲੋਂ ਦਿੱਲੀ ਦੇ ਵਿੱਚ ਕਿੰਨੇ ਮਹੀਨਿਆਂ ਤੋਂ ਲੱਗਾ ਹੋਇਆ ਹੈ, ਪਰ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ. ਇੱਕ ਫੌਰਨ ਟਵੀਟ ਕਰਨ 'ਤੇ ਸਰਕਾਰ ਬੁਖਲਾਈ, ਫੌਰਨ ਦੀ ਰਿਹਾਨਾ ਦੇ ਟਵੀਟ 'ਤੇ, ਅਤੇ ਉਸ ਤੋਂ ਬਾਅਦ ਵਿਦੇਸ਼ ਮੰਤਰੀ ਉਹ 'ਤੇ ਸੰਦੇਸ਼ ਦਿੰਦਾ ਕਿ ਉਹ ਸਾਡਾ ਅੰਦਰੂਨੀ ਮਾਮਲਾ ਆ. ਮੈਂ ਪੁੱਛਣਾ ਚਾਹੁੰਦਾ ਮੋਦੀ ਸਰਕਾਰ ਤੋਂ ਕਿ ਜਿਸ ਵੇਲੇ ਅਮਰੀਕਾ ਦੇ ਵਿੱਚ ਕੁਛ ਹੁੰਦਾ ਆ, ਉੱਥੇ 6 ਬੰਦੇ
ਉਹਨਾਂ ਦੇ ਸੰਵਿਧਾਨ ਦੇ ਮੁਤਾਬਕ ਕਿਸੇ ਅਨੁਸਾਰ ਮਰਦੇ ਆ ਤਾਂ ਤੁਸੀਂ ਟਵੀਟ ਕਰਦੇ ਹੋ, ਉਹ ਤੁਹਾਨੂੰ ਕਰਨਾ ਅਲਾਊਡ ਆ। ਜਿਸ ਵੇਲੇ ਬਾਹਰਲੇ ਮੁਲਕ ਕਰਨ, ਚਾਹੇ ਕੈਨੇਡਾ ਚਾਹੇ ਅਮੈਰੀਕਾ, ਤਾਂ ਤੁਸੀਂ ਉਹਦਾ ਵਿਰੋਧ ਕਰਦੇ ਹੋ ਔਰ ਬੜੇ ਲੰਬੇ ਚੌੜੇ ਭਾਸ਼ਣ ਦਿੰਦੇ ਹੋ ਉਸ ਗੱਲ 'ਤੇ। ਔਰ ਤੁਹਾਡੇ ਜਿਹੜੀ ਹਾਲੀਵੁੱਡ ਦੇ ਕਲਾਕਾਰਾਂ ਨੇ, ਸਾਰਿਆਂ ਨੇ ਇਸ ਧਰਨੇ ਦੀ ਹਮਾਇਤ ਕੀਤੀ ਆ। ਅਸੀਂ ਉਹਨਾਂ ਸਾਰੇ ਲੋਕਾਂ ਦੇ ਧੰਨਵਾਦੀ ਹਾਂ ਜੋ ਸਾਡੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਸਹਿਯੋਗ ਕਰ ਰਹੇ ਨੇ। ਧੰਨਵਾਦ ਤੁਹਾਡਾ ਬਹੁਤ ਬਹੁਤ। ਚਾਹੀਦੀ ਆ, ਤੁਸੀਂ ਸਾਡੇ ਆ ਗਏ ਹੋ ਸੋਨੇ ਵਰਗੇ ਹੋ, ਤੁਹਾਡੇ ਪੈਸਿਆਂ ਨਾਲ ਹੀ ਸਾਨੂੰ ਆਹ ਜਿਹੜੀ ਜਨਤਾ ਆ ਜੋ ਰੋ ਰਹੀ ਕੁਰਲਾ ਰਹੀ, ਕਿੰਨੇ ਮਹੀਨਿਆਂ ਤੋਂ ਸੜਕਾਂ 'ਤੇ ਮਰ ਰਹੀ ਹੈ, ਉਹਦੇ ਲਈ ਅਸੀਂ ਕਰਦੇ ਹਾਂ ਕਿ ਤੁਸੀਂ ਉਹ ਬਾਹਰਲੇ ਮੁਲਕਾਂ ਤੋਂ ਇਹਨਾਂ 'ਤੇ ਪ੍ਰੈਸ਼ਰਾਈਜ਼ ਕਰੋ, UNO ਦੇ ਵਿੱਚ ਜਾਓ ਜਾਂ ਕਿਸੇ ਤਰੀਕੇ ਨਾਲ ਵੀ ਜੇ ਸਾਡਾ ਮਦਦ ਕਰ ਸਕਦੇ ਹੋ ਤਾਂ ਕਰੋ। ਧੰਨਵਾਦ। ਬਾਰੀਆਂ ਗੱਲਾਂ ਮੈਨੂੰ ਕਰਨੀਆਂ ਆਉਂਦੀਆਂ ਨੀ ਹੈਗੀਆਂ ਜੀ। ਕਈ ਬੰਦੇ ਕਹਿੰਦੇ ਕਿ ਤੁਸੀਂ ਕਲਾਕਾਰ, ਤੁਸੀਂ ਕਾਹਦੇ ਬੋਲਦੇ ਹੋ ਅੱਗੇ ਜਾ ਕੇ। ਕੋਈ ਲੰਘ ਨਾ ਪਾਵੇ ਤੇ ਮੈਂ ਪੁੱਛਦੀ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ ਤੁਸੀਂ ਲੋਕਲ ਹੀ ਹੋ? ਹਾਂਜੀ, ਮੈਂ ਭੋਪਰ ਤੋਂ ਆਇਆ। ਓਕੇ, ਤੇ ਵੀਰ ਜੀ ਸਾਨੂੰ ਉਮੀਦਾਂ ਸੀਗੀਆਂ ਕਿ 26 ਜਨਵਰੀ ਨੂੰ ਸ਼ਾਇਦ ਇਹ ਵੇਲੇ ਆ ਜਿਹੜੇ ਇਹ ਉਹ ਕਾਨੂੰਨ ਜਿਹੜੇ ਉਹ ਰੱਦ ਕਰ ਦਿੱਤੇ ਜਾਣ, ਪਰ ਅੱਜ 6 ਫਰਵਰੀ ਹੋ ਗਈ ਆ ਤੇ ਫਿਰ ਤੋਂ ਅਸੀਂ ਚੱਕਾ ਜਾਮ ਕਰਕੇ ਇੱਥੇ ਬੈਠੇ ਹਾਂ। ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸਾਡੀ ਸਰਕਾਰ ਕਿਉਂ ਨਹੀਂ ਮੰਨਦੀ ਪਈ, ਕੀ ਇਹ ਰੋਲਾ ਹੈਗਾ ਆ? ਦੇਖੋ ਜੀ, ਮੋਦੀ ਸਰਕਾਰ ਨੇ ਕਾਨੂੰਨ ਬਣਾ ਕੇ ਇੱਕ ਤਾਂ ਆਪਣੇ ਕਾਰਪੋਰੇਟ ਮਿੱਤਰ ਸੀਗੇ ਜੋ ਉਹਨਾਂ ਨਾਲ ਆਪਣੀ ਵਫਾ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਹ ਆਰਡੀਨੈਂਸ ਦੇ ਥਰੂ ਲੈ ਕੇ ਆਏ ਸੀ ਇਹ ਕਾਨੂੰਨ, ਅਤੇ ਇਹ ਪੂਰੀ ਇਸ ਦੇ ਵਿੱਚ ਡੈਮੋਕ੍ਰੇਟਿਕ ਪ੍ਰੋਸੈਸ ਜੋ ਵੀ ਹੁੰਦੀ ਹੈ ਕਾਨੂੰਨ ਬਣਾਉਣ ਦੇ ਵਿੱਚ ਉਹ ਫੋਲੋ ਨਹੀਂ ਕੀਤੀ ਗਈ। ਤਾਂ ਹੁਣ ਕਿਸਾਨ ਤਾਂ ਪਹਿਲੇ ਦਿਨ ਤੋਂ ਹੀ ਵਿਰੋਧ ਕਰ ਰਹੇ ਨੇ ਵੀ ਇਹ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ, ਪਰ ਮੋਦੀ ਸਰਕਾਰ ਕਿਉਂਕਿ ਹੁਣ ਜਿਹਨਾਂ ਨਾਲ ਵਫਾ ਹੈ ਉਹਨਾਂ ਦਾ ਵਫਾ ਵੀ ਨਿਭਾਉਣੀ ਪੈਣੀ ਹੈ, ਸੋ ਇਸ ਕਰਕੇ ਫਸੀ ਹੋਈ ਮਹਿਸੂਸ ਕਰ ਰਹੀ ਹੈ ਕਾਨੂੰਨ ਵਾਪਸ ਹੋਣ ਤੋਂ। ਤਾਂ ਕਰਕੇ ਮੇਰੇ ਖਿਆਲ 'ਚ ਇਹੀ ਮਜਬੂਰੀ ਰਹੀ ਹੋਊਗੀ, ਨਹੀਂ ਤਾਂ ਕੋਈ ਇੱਡੀ ਵੱਡੀ ਗੱਲ ਨਹੀਂ ਸੀ ਵੀ ਕਾਨੂੰਨ ਵਾਪਸ ਨਹੀਂ ਹੋ ਸਕਦੇ। ਸੋ ਮੈਂ ਤਾਂ ਇਹੀ ਚਾਹੁੰਦਾ ਵੀ ਕਾਨੂੰਨ ਵਾਪਸ ਲੈ ਕੇ ਜਿੰਨੇ ਕਿਸਾਨ ਸੜਕਾਂ 'ਤੇ ਬੈਠੇ ਨੇ ਉਹਨਾਂ ਨੂੰ ਘਰ ਭੇਜਣਾ ਚਾਹੀਦਾ ਹੈ। ਹਾਂਜੀ ਬਿਲਕੁਲ, ਕਿਉਂਕਿ ਸਾਨੂੰ ਵੀ ਦੇਖ ਕੇ ਰੋਣਾ ਹੀ ਆਉਂਦਾ ਇੱਕ ਹਿਸਾਬ ਦਾ, ਕਿਉਂਕਿ ਮੈਂ ਬਾਹਰੋਂ ਆਈ ਇਟਲੀ ਤੋਂ, ਆਪਣੇ ਸਾਰੇ ਕਿਸਾਨਾਂ ਦੀ ਸਪੋਰਟ ਵਾਸਤੇ ਹੀ ਆਈ ਹਾਂ ਮੈਂ, ਅਤੇ ਕਿਸੇ ਵੀਰ ਭਰਾ ਦੀ ਬਾਂਹ ਨਹੀਂ ਹੈਗੀ, ਕਿਸੇ ਦੀ ਲੱਤ ਨਹੀਂ ਹੈਗੀ, ਉਹ ਵੀ ਦਿੱਲੀ ਪਹੁੰਚੇ ਹੋਏ ਆ, ਅਤੇ ਬੜਾ ਦੁੱਖ ਹੁੰਦਾ ਹੁੰਦਾ, ਬਸ ਇਹੀ ਰੱਬ ਅੱਗੇ ਅਰਦਾਸ ਆ ਕਿ ਜਲਦੀ ਤੋਂ ਜਲਦੀ ਕਾਨੂੰਨ ਆ ਨਾ ਜਿਹੜੇ ਰੱਦ ਕੀਤੇ ਜਾਣ। ਧੰਨਵਾਦ ਵੀਰ ਜੀ।